ਸਾਰਨ ਸਤਰੀਆ ਆਕਾਲ ਸੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਪੰਜਾਬੀ ਮੁਹਾਵਰਿਆਂ ਦੀ ਕੀ ਹੁੰਦੇ ਹਨ ਕਿਵੇਂ ਨਦੀ ਵਰਤੋਂ ਕੀਤੀ ਜਾਂਦੀ ਹੈ ਇਹ ਆਪਾਂ ਸਭ ਕੁਝ ਸਿੱਖ ਚੁੱਕੇ ਹਾਂ ਪਿਛਲੀ ਵੀਡੀਓ ਦੇ ਵਿੱਚ ਅੱਜ ਗੱਲ ਕਰਾਂਗੇ ਪੰਜਾਬੀ ਵਿੱਚ ਵਰਤੇ ਜਾਣ ਵਾਲੇ 50 ਅਜਿਹੇ ਮੁਹਾਵਰਿਆਂ ਦੀ ਜਿਹੜੇ ਕੀ ਤੁਹਾਨੂੰ ਆਮ ਤੌਰ ਤੇ ਸੁਣਨ ਨੂੰ ਮਿਲ ਜਾਂਦੇ ਹਨ ਇਹ ਬਹੁਤ ਹੀ ਆਮ ਮੁਹਾਵਰੇ ਹਨ ਜਿਹੜੇ ਕੀ ਸਾਡੀ ਜ਼ੁਬਾਨ ਦਾ ਹਿੱਸਾ ਬਣ ਚੁੱਕੇ ਹਨ ਕਈ ਵਾਰ ਤਾਂ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਅਸਲ ਵਿੱਚ ਇੱਕ ਮੁਹਾਵਰੇ ਵਾਲਾ ਵਾਕ ਬੋਲ ਰਹੇ ਹਾਂ ਸੋ ਬਹੁਤ ਲੰਮੀ ਵੀਡੀਓ ਹੈ 50 ਮੁਹਾਵਰੇ ਨੇ ਸੋ ਚਲੋ ਫਿਰ ਛੇਤੀ ਛੇਤੀ ਆਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ Thank you. ਸੋ ਅੱਜ ਦੇ ਪੰਜਾਬ ਉਹ ਮੁਹਾਵਰੇ ਹਨ ਜਿਹੜੇ ਕਿ ਬਹੁਤ ਜ਼ਿਆਦਾ ਵਰਤੋਂ ਵਿੱਚ ਹਨ ਪਰ ਮੈਨੂੰ ਲੱਗਦਾ ਹੈ ਕਿ ਇਸ ਵੀਡੀਓ ਦਾ ਮੈਨੂੰ ਪਾਰਟ 2 ਵੀ ਬਣਾਉਣਾ ਪਵੇਗਾ ਕਿਉਂਕਿ ਅਜੇ ਬਹੁਤ ਸਾਰੇ ਮੁਹਾਵਰੇ ਹੋਰ ਵੀ ਬਚੇ ਹੋਏ ਹਨ ਇਸ ਤੋਂ ਇਲਾਵਾ ਅੱਜ ਦੀ ਵੀਡੀਓ ਵਿੱਚ ਆਪਾਂ ਅਲਫਾਬੈਟਿਕਲੀ ਮੁਹਾਵਰਿਆਂ ਨੂੰ ਜਾਣਾਂਗੇ ਸੋ ਊੜੇ ਤੋਂ ਸ਼ੁਰੂ ਹੋ ਕੇ 35 ਦੇ ਅਖੀਰ ਵੱਲ ਨੂੰ ਆਪਾਂ ਜਾਣਾ ਹੈ ਸ਼ੁਰੂਆਤ ਕਰਦੇ ਹਾਂ ਪਹਿਲੇ ਮੁਹਾਵਰੇ ਦੇ ਨਾਲ ਸੋ ਇਹ ਹੈ ਜੀ ਸਾਡੇ ਕੋਲ 19 21 ਦਾ ਫਰਕ 19 21 ਦਾ ਫਰਕ ਇਹ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿ ਬਹੁਤ ਘੱਟ ਫਰਕ ਹੋਵੇ ਸੋ 19 ਅਤੇ 21 ਵਿੱਚ ਵੈਸੇ ਵੀ ਇੱਕ ਵਿਚਾਰੇ 20 ਦਾ ਹੀ ਫਰਕ ਹੁੰਦਾ ਹੈ ਸੋ ਬਹੁਤ ਹੀ ਘੱਟੋ ਫਰਕ ਜਿੱਥੇ ਆਪਾਂ ਦੱਸਣਾ ਹੋਵੇ ਉੱਥੇ ਅਸੀਂ ਕਹਿ ਸਕਦੇ ਹਾਂ 19 21 ਦਾ ਫਰਕ ਸੁਰਿੰਦਰ ਤੇ ਪ੍ਰੀਤ ਦੀ ਲੰਬਾਈ ਵਿੱਚ 19 21 ਦਾ ਫਰਕ ਹੈ ਭਾਵੇਂ ਕਿ ਦੋਵੇਂ ਆਲਮੋਸਟ ਸੇਮ ਜਿਹੀ ਹਾਈਟ ਦੇ ਹਨ ਬਹੁਤ ਥੋੜਾ ਜਿਹਾ ਫਰਕ ਹੈ ਅਗਲਾ ਹੈ ਉੱਲੂ ਬਣਾਉਣਾ ਉੱਲੂ ਬਣਾਉਣਾ ਭਾਵੇਂ ਕਿ ਮੂਰਖ ਬਣਾਉਣਾ ਸੋ ਇੱਥੇ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਬਹੁਤ ਸਾਰੀਆਂ ਕੰਪਨੀਆਂ ਗਲਤ ਉਤਪਾਦ ਦਾ ਨਾਲ ਲੋਕਾਂ ਨੂੰ ਉੱਲੂ ਬਣਾਉਂਦੀਆਂ ਹਨ ਅਗਲਾ ਹੈ ਊੜਾ ਐੜਾ ਨਾ ਆਉਣਾ ਊੜਾ ਐੜਾ ਨਾ ਆਉਣਾ ਇਹਦਾ ਮਤਲਬ ਹੈ ਬਹੁਤਾ ਗਿਆਨ ਨਾ ਹੋਣਾ ਜਾਂ ਫਿਰ ਕੁਝ ਵੀ ਨਾ ਆਉਣਾ ਇੱਥੇ ਆਪਾਂ ਕਹਿ ਸਕਦੇ ਹਾਂ ਰਾਜਦੀਪ ਨੂੰ ਪਤਾ ਨਹੀਂ ਕਿਵੇਂ ਨੌਕਰੀ ਮਿਲ ਗਈ ਉਹਨੂੰ ਤਾਂ ਊੜਾ ਐੜਾ ਵੀ ਨਹੀਂ ਆਉਂਦਾ ਭਾਵ ਕਿ ਉਹਨੂੰ ਬਹੁਤਾ ਗਿਆਨ ਨਹੀਂ ਹੈ ਉਹਨੂੰ ਕੁਝ ਵੀ ਨਹੀਂ ਆਉਂਦਾ ਅਗਲਾ ਹੈ ਅੱਖਾਂ ਵਿੱਚ ਰੜਕਣਾ ਅੱਖਾਂ ਵਿੱਚ ਰੜਕਣਾ ਭਾਫ ਕੀ ਬਹੁਤ ਬੁਰਾ ਲੱਗਣਾ ਬਹੁਤ ਪੈੜਾ ਲੱਗਣਾ ਸੋ ਇਹਦੀ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਜਦੋਂ ਦਾ ਉਹਨੇ ਮੇਰੇ ਨਾਲ ਧੋਖਾ ਕੀਤਾ ਹੈ ਉਹ ਮੇਰੀਆਂ ਅੱਖਾਂ ਵਿੱਚ ਰੜਕਦਾ ਹੈ ਸੋ ਇੱਥੇ ਤੁਸੀਂ ਕੁਲਦੀਪ ਮਾਨਕ ਦਾ ਉਹ ਗਾਣਾ ਵੀ ਸੁਣ ਸਕਦੇ ਹੋ ਸ਼ਤ ਸੁੱਚਾ ਸੂਰਮਾ ਹੈ ਅੱਖਾਂ ਮੂਰੇ ਜਿਉਂਦਾ ਰਹਿੰਦਾ ਹੈ ਰੜਕਦਾ ਸੋ ਅੱਖਾਂ ਵਿੱਚ ਰੜਕਣਾ ਹੁੰਦਾ ਹੈ ਕਿਸੇ ਨੂੰ ਬਹੁਤ ਬੁਰਾ ਲੱਗਣਾ ਯੂ نو ਕੋਈ ਇਨਸਾਨ ਸਾਨੂੰ ਜਦੋਂ ਪੈੜਾ ਲੱਗਣ ਲੱਗ ਜਵੇ ਸੋ ਸਾਡੀਆਂ ਅੱਖਾਂ ਵਿੱਚ ਰੜਕਣ ਲੱਗ ਜਾਂਦਾ ਹੈ ਅਗਲਾ ਹੈ ਅਗ ਵਰਨੀ ਅਗ ਵਰਨੀ ਪਾਪ ਕੀ ਬਹੁਤ ਗਰਮੀ ਦਾ ਹੋ ਜਾਣਾ ਜਿਵੇਂ ਅਸਮਾਨ ਤੋਂ ਅੱਗ ਵਰ ਰਹੀ ਹੁੰਦੀ ਹੈ ਸੋ ਇੱਥੇ ਆਪਾਂ ਵਾਕ ਬਣਾ ਸਕਦੇ ਹਾਂ ਕਿ ਦੁਬਈ ਵਿੱਚ ਗਰਮੀਆਂ ਵਿੱਚ ਅੱਗ ਵਰਦੀ ਹੈ ਸੋ ਮੇਰੀ ਫੈਮਲੀ ਦੀ ਬੜੀ ਫੇਵਰਿਟ ਜੀ ਲਾਈਨ ਹੈ ਕਿ ਜੋਤ ਪੰਜਾਬ ਵਿੱਚ ਤਾਂ ਅੱਜਕੱਲ ਅੱਗ ਵਰ ਰਹੀ ਹੈ ਸੋ ਇਹ ਬਹੁਤ ਹੀ ਈਜ਼ੀਲੀ ਬਹੁਤ ਹੀ ਆਮ ਤੁਹਾਨੂੰ ਸੁਣਨ ਨੂੰ ਮਿਲਣ ਵਾਲਾ ਮੁਹਾਵਰਾ ਹੈ ਅਗਲਾ ਹੈ ਅੱਗ ਲਾਉਣੀ ਅੱਗ ਲਾਉਣੀ ਇੱਥੇ ਹੈ ਪੜਕਾ ਦੇਣਾ ਕਿਸੇ ਨੂੰ ਕਿਸੇ ਦੂਜੇ ਦੇ ਖਿਲਾਫ ਕਰ ਦੇਣਾ ਸੀਤਾ ਦੀਆਂ ਗੱਲਾਂ ਵਿੱਚ ਨਾ ਆਇਓ ਉਹ ਤਾਂ ਘਰਾਂ ਵਿੱਚ ਅੱਗ ਲਾਉਂਦੀ ਫਿਰਦੀ ਹੈ ਸੋ ਇੱਥੇ ਜਦੋਂ ਕੋਈ ਕਿਸੇ ਦੇ ਖਿਲਾਫ ਕੋਈ ਗੱਲ ਕਰੇ ਤੇ ਉਹਨੂੰ ਉਹਦੇ ਖਿਲਾਫ ੜਕਾ ਦੇਵੇ ਉੱਥੇ ਆਪਾਂ ਵਰਤਦੇ ਹਾਂ ਅੱਗ ਲਾਉਣੀ। ਅਗਲਾ ਹੈ ਇੱਟ ਨਾਲ ਇੱਟ ਖੜਕਾਉਣੀ। ਇੱਟ ਨਾਲ ਇੱਟ ਖੜਕਾਉਣੀ। ਭਾਵ ਕਿ ਕਿਸੇ ਥਾਂ ਨੂੰ ਨਿਸਤੋ ਨਾਬੂਤ ਕਰ ਦੇਣਾ ਜਾਂ ਕਿਸੇ ਥਾਂ ਨੂੰ ਪ੍ਰੋਪਰ ਬਰਬਾਦ ਕਰ ਦੇਣਾ। ਸੋ ਇੱਥੇ ਸਾਡੇ ਕੋਲ ਇੱਕ ਬਹੁਤ ਹੀ ਵਧੀਆ ਇਹਦੀ ਐਗਜ਼ਾਮਪਲ ਹੈ। ਬਾਬਾ ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਅਗਲਾ ਹੈ ਇੱਕ ਅੱਖ ਨਾਲ ਵੇਖਣਾ। ਇੱਕ ਅੱਖ ਨਾਲ ਵੇਖਣਾ। ਪਾਫ ਕੀ ਸਭ ਨੂੰ ਬਰਾਬਰਤਾ ਦੇਣੀ ਸਭ ਨੂੰ ਇੱਕੋ ਜਿਹਾ ਸਮਝਣਾ ਸੋ ਇੱਥੇ ਮੈਨੂੰ ਯਾਦ ਆ ਸਕੂਲ ਦੇ ਦਿਨਾਂ ਵਿੱਚ ਇੱਕ ਐਗਜ਼ਾਮਪਲ ਬਹੁਤ ਜ਼ਿਆਦਾ ਹੁੰਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਦੇ ਦੌਰਾਨ ਸਭ ਨੂੰ ਇੱਕ ਅੱਖ ਨਾਲ ਵੇਖਦੇ ਸਨ ਸੋ ਇੱਥੇ ਹੁਣ ਅਸੀਂ ਇਹਨੂੰ ਇਹ ਵੀ ਕਹਿ ਸਕਦੇ ਹਾਂ ਕਿ ਦੇਖੋ ਇਹ ਸਿੰਬੋਲਿਕਲੀ ਵੀ ਹੈ ਚੀਜ਼ ਬਟ ਐਟ ਦ ਸੇਮ ਟਾਈਮ ਫਿਜ਼ੀਕਲੀ ਵੀ ਸੀ ਉਹਨਾਂ ਦੀ ਪਰ ਆਮ ਤੌਰ ਤੇ ਵੀ ਤੁਸੀਂ ਇਹਦੀ ਐਗਜ਼ਾਮਪਲ ਦੇ ਸਕਦੇ ਹੋ ਕਿ ਚੰਗਾ ਸ਼ਾਸਕ ਉਹ ਹੁੰਦਾ ਹੈ ਜਿਹੜਾ ਕਿ ਆਪਣੀ ਪ੍ਰਜਾ ਨੂੰ ਇੱਕ ਅੱਖ ਨਾਲ ਵੇਖੇ ਅਗਲਾ ਹੈ ਇੱਟ ਕੁੱਤੇ ਦਾ ਵੈਰ ਇੱਟ ਕੁੱਤੇ ਦਾ ਵੈਰ ਸੋ ਇੱਥੇ ਸਾਡੇ ਕੋਲ ਇਹਦਾ ਮਤਲਬ ਹੈ ਬਹੁਤ ਹੀ ਵੈਰ ਰੱਖਣਾ ਕਿਸੇ ਨਾਲ ਬਹੁਤ ਜ਼ਿਆਦਾ ਦੁਸ਼ਮਣੀ ਹੋਣੀ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਭਾਵੇਂ ਉਹ ਦੋ ਵੱਡੀਆਂ ਦੁਕਾਨਾਂ ਇੱਕੋ ਹੀ ਥਾਂ ਤੇ ਹਨ ਪਰ ਆਪਸ ਵਿੱਚ ਉਹਨਾਂ ਦਾ ਇੱਟ ਕੁੱਤੇ ਦਾ ਵੈਰ ਹੈ ਫਿਰ ਹੈ ਸੁੱਕ ਕੇ ਤੀਲਾ ਹੋ ਜਾਣਾ ਸੁੱਕ ਕੇ ਤੀਲਾ ਹੋ ਜਾਣਾ ਆਪਕੀ ਬਹੁਤ ਕਮਜ਼ੋਰ ਹੋ ਜਾਣਾ ਸੋ ਪਵਨ ਬਿਮਾਰੀ ਤੋਂ ਮਗਰੋਂ ਸੁੱਕ ਕੇ ਤੀਲਾ ਹੋ ਗਿਆ ਫਿਰ ਹੈ ਸਿਰ ਖੁਰਕਣ ਦੀ ਵੇਲ ਨਾ ਮਿਲਣਾ ਸਿਰ ਖੁਰਕਣ ਦੀ ਵੇਲ ਨਾ ਮਿਲਣੀ ਭਾਫ ਕੀ ਬਿਲਕੁਲ ਸਮਾਨਾ ਲੱਗਣਾ ਜਾਂ ਬਿਲਕੁਲ ਵੇਲ ਨਾ ਹੋਣੀ ਸੋ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਡੀਮੋਨਟਾਈਜ਼ੇਸ਼ਨ ਤੋਂ ਬਾਅਦ ਬੈਂਕ ਵਾਲਿਆਂ ਨੂੰ ਸਿਰ ਖੁਰਕਣ ਦੀ ਵੇਲ ਨਹੀਂ ਮਿਲਦੀ ਸੀ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਅੱਜ ਕੱਲ ਕਰੋਨਾ ਦੇ ਸਮੇਂ ਵਿੱਚ ਡਾਕਟਰਾਂ ਨੂੰ ਸਿਰ ਖੁਰਕਣ ਦੀ ਵੇਲ ਨਹੀਂ ਹੈ ਅਗਲਾ ਹੈ ਹੱਕਾ ਬੱਕਾ ਰਹਿਣਾ ਹੱਕਾ ਬੱਕਾ ਰਹਿਣਾ ਭਾਫ ਕੀ ਹੈਰਾਨ ਹੋ ਜਾਣਾ ਉਹਦੇ ਘਰ ਦੀ ਕੀਮਤ ਸੁਣ ਕੇ ਮੈਂ ਤਾਂ ਹੱਕਾ ਬੱਕਾ ਰਹਿ ਗਿਆ ਅਗਲਾ ਹੈ ਹੱਥ ਤੇ ਹੱਥ ਤਰ ਕੇ ਬਹਿਣਾ ਹੱਥ ਤੇ ਹੱਥ ਤਰ ਕੇ ਬਹਿਣਾ ਪਾਪ ਕੀ ਵਿਹਲੇ ਬਹਿਣਾ ਕੋਈ ਕੰਮ ਨਾ ਕਰਨਾ ਸੋ ਅੱਜ ਕੱਲ ਦੇ ਮਹਿੰਗਾਈ ਦੇ ਸਮੇਂ ਵਿੱਚ ਹੱਥ ਤੇ ਹੱਥ ਤਰ ਕੇ ਬਹਿਣ ਨਾਲ ਗੁਜ਼ਾਰਾ ਨਹੀਂ ਹੁੰਦਾ ਹੱਥ ਲਾਇਆ ਮੈਲਾ ਹੋਣਾ ਹੱਥ ਲਾਇਆ ਮੈਲਾ ਹੋਣਾ ਆਫ ਕੀ ਕਿਸੇ ਦਾ ਬਹੁਤ ਸੁੰਦਰ ਹੋਣਾ ਕਿਸੇ ਦਾ ਬਹੁਤ ਸੋਹਣਾ ਹੋਣਾ ਆਮ ਤੌਰ ਤੇ ਲੇਡੀਜ਼ ਲਈ ਵਰਤਿਆ ਜਾਂਦਾ ਹੈ ਪਰ ਤੁਸੀਂ ਇਹਨੂੰ ਕਿਤੇ ਵੀ ਵਰਤ ਸਕਦੇ ਹੋ ਇੱਥੇ ਤੁਸੀਂ ਕਿਸੇ ਲਈ ਵੀ ਕਹਿ ਸਕਦੇ ਹੋ ਕਿ ਪ੍ਰੀਤੀ ਜਾਂ ਰਾਣੋ ਜਾਂ ਗੁਰਪ੍ਰੀ ਜਾਂ ਮਨਪ੍ਰੀਤ ਇੰਨੀ ਸੋਹਣੀ ਹੈ ਕਿ ਹੱਥ ਲਾਇਆ ਵੀ ਮੈਲੀ ਹੁੰਦੀ ਹੈ ਅਗਲਾ ਹੈ ਹੱਡਾਂ ਵਿੱਚ ਰਚ ਜਾਣਾ ਹੱਡਾਂ ਵਿੱਚ ਰਚ ਜਾਣਾ ਪਾਫ ਕੀ ਕਿਸੇ ਦੇ ਅੰਦਰ ਘਰ ਘਰ ਜਾਣਾ ਜਾਂ ਕਿਸੇ ਨੂੰ ਕਿਸੇ ਚੀਜ਼ ਦੀ ਆਦਤ ਹੋ ਜਾਣਾ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਚੋਰੀ ਦੀ ਆਦਤ ਤਾਂ ਦਲੀਪ ਦੇ ਹੱਡਾਂ ਵਿੱਚ ਰਚ ਗਈ ਹੈ ਕੰਨ ਕੁੱਤਰਨਾ ਕੰਨ ਕੁੱਤਰਨਾ ਪਾਪ ਕੀ ਚਲਾਕੀ ਕਰਨਾ ਥੋੜਾ ਜਿਹਾ ਚਲਾਕ ਬਣਨ ਦੀ ਕਿਸੇ ਸਾਹਮਣੇ ਕੋਸ਼ਿਸ਼ ਕਰਨਾ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਅੱਜ ਕੱਲ ਦੇ ਜ਼ਮਾਨੇ ਦੇ ਬੱਚੇ ਤਾਂ ਵੱਡੇ ਵੱਡਿਆਂ ਦੇ ਕੰਨ ਕੁੱਤਰ ਜਾਂਦੇ ਹਨ ਫਿਰ ਹੈ ਕੰਨ ਖਿੱਚਣਾ ਕੰਨ ਖਿੱਚਣਾ ਇਹਦਾ ਪਾਪ ਹੁੰਦਾ ਹੈ ਕਿਸੇ ਨੂੰ ਥੋੜੀ ਕੂਰੀ ਕਰਕੇ ਵਿਖਾਉਣਾ ਕਿਸੇ ਨੂੰ ਥੋੜੀ ਤਾੜਨਾ ਕਰਨੀ ਕਈ ਅਧਿਆਪਕ ਬੱਚਿਆਂ ਨੂੰ ਕੰਨ ਖਿੱਚ ਕੇ ਹੀ ਪੜਨ ਲਾਉਂਦੇ ਹਨ ਸੋ ਇੱਥੇ ਕਈ ਏਦਾਂ ਦੇ ਬੱਚੇ ਹਨ ਜਿਹੜੇ ਕਿ ਨਹੀਂ ਪੜਦੇ ਹਨ ਕੂਰੀ ਤੋਂ ਬਗੈਰ ਸੋ ਉੱਥੇ ਉਹਨਾਂ ਦੇ ਕੰਨ ਖਿੱਚਣੇ ਜ਼ਰੂਰੀ ਹੁੰਦੇ ਹਨ ਅਗਲਾ ਹੈ ਕੰਨਾਂ ਨੂੰ ਹੱਥ ਲਾਉਣਾ ਕੰਨਾਂ ਨੂੰ ਹੱਥ ਲਾਉਣਾ ਪਾਪ ਕੀ ਤੌਬਾ ਕਰਨੀ ਕਹਿਣਾ ਕਿ ਅੱਗੇ ਤੋਂ ਇਹ ਕੰਮ ਨਹੀਂ ਕੀਤਾ ਜਾਵੇਗਾ ਸੋ ਇੱਥੇ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਜੁਰਮਾਨਾ ਭਰਨ ਤੋਂ ਮਗਰੋਂ RAM ਨੇ ਆਪਣੇ ਕੰਨਾਂ ਨੂੰ ਹੱਥ ਲਾ ਲਏ ਕਿ ਉਹ ਮਾਸਕ ਜ਼ਰੂਰ ਪਾਵੇਗਾ ਫੇਰ ਹੈ ਕੰਨ ਤੇ ਜੂ ਨਾ ਸਰਕਣੀ ਕੰਨ ਤੇ ਜੂ ਨਾ ਸਰਕਣੀ ਭਾਵੇਂ ਕੋਈ ਅਸਰ ਨਾ ਹੋਣਾ ਕੀਤੀਆਂ ਹੋਈਆਂ ਗੱਲਾਂ ਦਾ ਸਾਹਮਣੇ ਵਾਲੇ ਇਨਸਾਨ ਤੇ ਕੋਈ ਅਸਰ ਨਾ ਹੋਣਾ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਪ੍ਰਤਪਾਲ ਨੂੰ ਪੜਨ ਲਈ ਜਿੰਨਾ ਮਰਜ਼ੀ ਪ੍ਰੇਰ ਲਵੋ ਪਰ ਉਹਦੇ ਕੰਨਾਂ ਤੇ ਜੂ ਨਹੀਂ ਸਰਕਦੀ ਫੇਰ ਹੈ ਗਲ ਪਿਆ ਢੋਲ ਵਜਾਉਣਾ ਗਲ ਪਿਆ ਢੋਲ ਵਜਾਉਣਾ ਪਾਪ ਦੀ ਮਜਬੂਰੀ ਵਿੱਚ ਕਿਸੇ ਕੰਮ ਨੂੰ ਕਰਨਾ ਸਾਡਾ ਜੀ ਨਹੀਂ ਹੈ ਉਸ ਚੀਜ਼ ਨੂੰ ਕਰਨ ਦਾ ਪਰ ਫਿਰ ਵੀ ਅਸੀਂ ਕਰਦੇ ਹਾਂ ਨਾਈਟ ਸ਼ਿਫਟ ਦੇ ਪੈਸੇ ਜ਼ਿਆਦਾ ਹਨ ਇਸੇ ਕਰਕੇ ਹੀ ਇਹ ਗਲ ਪਿਆ ਢੋਲ ਵਜਾਉਣਾ ਪੈਂਦਾ ਹੈ ਘਰ ਸਿਰ ਤੇ ਚੁੱਕਣਾ ਘਰ ਸਿਰ ਤੇ ਚੁੱਕਣਾ ਪਾਪ ਕੀ ਬਹੁਤ ਰੌਲਾ ਪਾਉਣਾ ਬੱਚੇ ਘਰ ਵਿੱਚ ਇਕੱਲੇ ਘਰ ਨੂੰ ਸਿਰ ਤੇ ਚੁੱਕ ਲੈਂਦੇ ਹਨ ਚਾਦਰ ਵੇਖ ਕੇ ਪੈਰ ਪਸਾਰਨੇ ਚਾਦਰ ਵੇਖ ਕੇ ਪੈਰ ਪਸਾਰਨੇ ਪਾਫ ਕੀ ਆਪਣੀ ਆਮਦਨੀ ਵੇਖ ਕੇ ਹੀ ਖਰਚਾ ਕਰਨਾ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਮਹਿੰਗਾਈ ਦੇ ਜ਼ਮਾਨੇ ਵਿੱਚ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ ਚਰਨ ਤੋਂ ਤੋਂ ਪੀਣੇ ਚਰਨ ਤੋਂ ਤੋਂ ਪੀਣੇ ਇਸੇ ਨੂੰ ਹੀ ਅਸੀਂ ਪੈਰ ਤੋਂ ਤੋਂ ਪੀਣੇ ਵਿੱਚ ਵੀ ਵਰਤ ਸਕਦੇ ਹਾਂ ਦੋਵਾਂ ਦਾ ਮਤਲਬ ਹੁੰਦਾ ਹੈ ਬਹੁਤ ਆਦਰ ਕਰਨਾ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਪ੍ਰੀਤ ਆਪਣੇ ਵੱਡਿਆਂ ਦੇ ਚਰਨ ਤੋਂ ਤੋਂ ਪਿੰਦੀ ਹੈ ਚੰਨ ਚਾੜਨਾ ਚੰਨ ਚਾੜਨਾ ਸੋ ਇੱਥੇ ਹੁੰਦਾ ਹੈ ਕੁਝ ਬੁਰਾ ਕੰਮ ਕਰਨਾ ਕੁਝ ਪੈੜਾ ਕੰਮ ਕਰਨਾ ਸੋ ਇੱਥੇ ਤੁਸੀਂ ਕਿਸੇ ਇੱਕ ਪਰਟੀਕੂਲਰ ਇਨਸਾਨ ਦਾ ਨਾਮ ਲੈ ਕੇ ਵੀ ਕਹਿ ਸਕਦੇ ਹੂੰ ਕਿ ਉਹ ਤਾਂ ਚੰਨ ਚਾੜਦਾ ਰਹਿੰਦਾ ਹੈ ਜਾਂ ਫਿਰ ਅੱਜਕੱਲ ਆਪਾਂ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਤੇ ਅੱਜਕੱਲ ਨਵੀਂ ਪਨੀਰੀ ਨਵੇਂ-ਨਵੇਂ ਚੰਨ ਚਾੜਦੀ ਦਿਸਦੀ ਹੈ ਜਾਨ ਤਲੀ ਤੇ ਧਰਨਾ ਜਾਨ ਤਲੀ ਤੇ ਧਰਨਾ ਆਪਕੀ ਮੌਤ ਦੀ ਪਰਵਾਹ ਨਾ ਕਰਨੀ ਇੱਕਦਮ ਬੇਖੌਫ ਹੋ ਕੇ ਨਿਡਰ ਹੋ ਕੇ ਅੱਗੇ ਜਾਣਾ ਸੋ ਮੈਦਾਨੇ ਜੰਗ ਵਿੱਚ ਜਾਣਾ ਸੌਖਾ ਨਹੀਂ ਜਾਨ ਤਲੀ ਤੇ ਤਰਨੀ ਪੈਂਦੀ ਹੈ ਜ਼ੁਬਾਨ ਨੂੰ ਲਗਾਮ ਦੇਣਾ ਜ਼ੁਬਾਨ ਨੂੰ ਲਗਾਮ ਦੇਣਾ ਸੋ ਸੋਚ ਸਮਝ ਕੇ ਬੋਲਣਾ ਅੱਜ ਕਾਲ ਦੇ ਮਾਪਿਆਂ ਨੂੰ ਬੱਚਿਆਂ ਨੂੰ ਜ਼ੁਬਾਨ ਨੂੰ ਲਗਾਮ ਦੇਣਾ ਸਿਖਾਉਣਾ ਚਾਹੀਦਾ ਹੈ ਟੈਂ ਟੈਂ ਕਰਨਾ ਟੈਂ ਟੈਂ ਕਰਨਾ ਐਵੇਂ ਫਜ਼ੂਲ ਵਿੱਚ ਬੋਲੀ ਜਾਣਾ ਜਾਂ ਐਵੇਂ ਫਜ਼ੂਲ ਵਿੱਚ ਰੌਲਾ ਪਾਈ ਜਾਣਾ ਮੈਨੂੰ ਕੋਈ ਕੰਮ ਦੀ ਗੱਲ ਹੈ ਤਾਂ ਦੱਸ ਐਵੇਂ ਟੈਂ ਟੈਂ ਨਾ ਕਰ ਮੇਰੇ ਕੋਲ ਆਣ ਕੇ ਟਰਕਾ ਦੇਣਾ ਟਰਕਾ ਦੇਣਾ ਭਾਫ ਕੀ ਟਾਲ ਦੇਣਾ ਕਿਸੇ ਨੂੰ ਐਵੇਂ ਟੋਲ ਮਟੋਲ ਕਰਕੇ ਉਹਦੀ ਗੱਲ ਨੂੰ ਅੱਗੇ ਪਿੱਛੇ ਪਾ ਦੇਣਾ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਪਰਮਿੰਦਰ ਕੋਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਉਹਨੇ ਗੱਲ ਟਰਕਾ ਹੀ ਦੇਣੀ ਹੈ ਡੱਕਾ ਨਾ ਭੰਨਣਾ ਡੱਕਾ ਨਾ ਪੰਨਣਾ ਭਾਫ ਕੀ ਕੋਈ ਕੰਮ ਨਾ ਕਰਨਾ ਵੇਲੇ ਰਹਿਣਾ ਸਾਡੇ ਘਰ ਵਿੱਚ ਆਮ ਗੂੰਜਦਾ ਰਹਿੰਦਾ ਤੁਸੀਂ ਡੱਕਾ ਪਨ ਕੇ ਦੂਰਾ ਨਹੀਂ ਕਰਦੇ ਸਾਰੇ ਦਿਨ ਵਿੱਚ ਸੋ ਇੱਥੇ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਕਿ ਸਰਕਾਰੀ ਦਫਤਰ ਦੇ ਵਿੱਚ ਮੁਲਾਜ਼ਮ ਡੱਕਾ ਨਹੀਂ ਬੰਨਦੇ ਟੇਰੀ ਟੋਣੀ ਟੇਰੀ ਟੋਣੀ ਭਾਫ ਕੀ ਹਿੰਮਤ ਹਾਰਨਾ ਜਦੋਂ ਅਸੀਂ ਥੋੜੇ ਜਿਹਾ ਯੂ نو ਫਰਸਟ੍ਰੇਟ ਡਿਸਪਾਇੰਟਡ ਜੇ ਹੋ ਕੇ ਫਿਰ ਰਹੇ ਹੁੰਨੇ ਆ ਜਦ ਥੋੜੇ ਜਿਹਾ ਨੈਗੇਟਿਵ ਹੋ ਕੇ ਫਿਰ ਰਹੇ ਹੁੰਨੇ ਆ ਸੋ ਉਥੇ ਆਪਾਂ ਕਹਿ ਸਕਦੇ ਹਾਂ ਟੇਰੀ ਟੋਣੀ ਤੋਂ ਐਵੇਂ ਕਿਉ ਟੇਰੀ ਟਾਈ ਹੈ ਫੇਰ ਦੁਬਾਰਾ ਪ੍ਰੀਖਿਆ ਹੋਵੇਗੀ ਤੇ ਤੂੰ ਪਾਸ ਹੋ ਜਾਵੇਂਗਾ ਢਿੱਡ ਵਿੱਚ ਚੂਹੇ ਨੱਚਣੇ ਢਿੱਡ ਵਿੱਚ ਚੂਹੇ ਨੱਚਣੇ ਭਾਵ ਕਿ ਬਹੁਤ ਕੱਖ ਲੱਗਣਾ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਸਕੂਲੋਂ ਆਣ ਕੇ ਬੱਚੇ ਛੇਤੀ ਛੇਤੀ ਰੋਟੀ ਮੰਗਦੇ ਹਨ ਕਿਉਂਕਿ ਉਹਨਾਂ ਦੇ ਢਿੱਡ ਵਿੱਚ ਚੂਹੇ ਨੱਚ ਰਹੇ ਹੁੰਦੇ ਹਨ ਤਲੀ ਗਰਮ ਕਰਨਾ ਤਲੀ ਗਰਮ ਕਰਨਾ ਤਲੀ ਗਰਮ ਕਰਨਾ ਭਾਵ ਕਿ ਕਿਸੇ ਨੂੰ ਰਿਸ਼ਵਤ ਦੇ ਅੱਜਕੱਲ ਸਰਕਾਰੀ ਦਫ਼ਤਰਾਂ ਦੇ ਵਿੱਚ ਤਲੀ ਗਰਮ ਕੀਤੇ ਬਿਨਾਂ ਕੰਮ ਨਹੀਂ ਹੁੰਦਾ ਤੀਰ ਹੋ ਜਾਣਾ ਤੀਰ ਹੋ ਜਾਣਾ ਭਾਫ ਕੀ ਭੱਜ ਜਾਣਾ ਸੋ ਪੁਲਸ ਨੂੰ ਵੇਖ ਕੇ ਮੁਜਰਮ ਕਹਿ ਲੋ ਜਾਂ ਚੋਰ ਕਹਿ ਲੋ ਤੀਰ ਹੋ ਗਿਆ ਤਿੱਤਰ ਬਿੱਤਰ ਹੋ ਜਾਣਾ ਤਿੱਤਰ ਬਿੱਤਰ ਹੋ ਜਾਣਾ ਭਾਫ ਕੀ ਖਿੰਡ ਜਾਣਾ ਵੈਸੇ ਤਾਂ ਆਮ ਤੌਰ ਤੇ ਲੋਕੀ ਇਹਨੂੰ ਕਹਿ ਦਿੰਦੇ ਨੇ ਜਦੋਂ ਭੱਜ ਜਾਣ ਵਿੱਚ ਵੀ ਹੁੰਦਾ ਹੈ ਪਰ ਜਦੋਂ ਇੱਕ ਇਕੱਠ ਉਥੋਂ ਬਿਲਕੁਲ ਖਿੰਡ ਪਉਣ ਜਾਂਦਾ ਹੈ ਵੱਖਰਾ ਹੋ ਜਾਂਦਾ ਹੈ ਉਹਨੂੰ ਆਪਾਂ ਆਖਦੇ ਹਾਂ ਤਿੱਤਰ ਬਿੱਤਰ ਹੋ ਜਾਣਾ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਪੁਲਸ ਦੇ ਆਉਣ ਤੋਂ ਮਗਰੋਂ ਪ੍ਰਦਰਸ਼ਨਕਾਰੀਆਂ ਦੀ ਭੀੜ ਤਿੱਤਰ ਬਿੱਤਰ ਹੋ ਗਈ। ਥੁੱਕ ਕੇ ਚੱਟਣਾ, ਥੁੱਕ ਕੇ ਚੱਟਣਾ ਭਾਵ ਕਿ ਆਪਣੀ ਗੱਲ ਤੋਂ ਹੀ ਫਿਰ ਜਾਣਾ, ਜੋ ਪਹਿਲਾਂ ਕਿਹਾ ਹੁੰਦਾ ਹੈ, ਉਸ ਤੋਂ ਹੀ ਮੁੱਕਰ ਜਾਣਾ। ਫਿਰ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਹਰਪ੍ਰੀਤ ਦਾ ਭਰੋਸਾ ਨਹੀਂ ਹੈ, ਉਹ ਤਾਂ ਵਾਰ ਵਾਰ ਥੁੱਕ ਕੇ ਚੱਟਦੀ ਹੈ। ਦਾਲ ਵਿੱਚ ਕਾਲਾ ਹੋਣਾ, ਦਾਲ ਵਿੱਚ ਕਾਲਾ ਹੋਣਾ। ਸੋ ਇੱਥੇ ਸ਼ੱਕ ਹੋਣਾ, ਕਿਸੇ ਗੜਬੜ ਦਾ ਸ਼ੱਕ ਹੋਣਾ। ਇੱਕ ਪਾਰਟੀ ਦੇ ਉਮੀਦਵਾਰ ਨੂੰ ਦੂਜੀ ਪਾਰਟੀ ਦੇ ਦਫ਼ਤਰ ਜਾਂਦਿਆਂ ਵੇਖ ਕੇ ਮੈਂ ਅੰਦਾਜ਼ਾ ਲਾ ਲਿਆ ਕਿ ਦਾਲ ਵਿੱਚ ਕੁਝ ਕਾਲਾ ਹੈ ਕੁਝ ਤਾਂ ਗੜਬੜ ਹੈ ਦਿਆ ਦਾਲ ਲੱਗਣਾ ਦਾਲ ਲੱਗਣਾ ਮੌਕਾ ਲੱਗਣਾ ਭੀੜ ਵਿੱਚ ਚੋਰਾਂ ਦਾ ਦਾਅ ਲੱਗ ਹੀ ਜਾਂਦਾ ਹੈ ਨਾਨੀ ਚੇਤੇ ਆਉਣੀ ਨਾਨੀ ਚੇਤੇ ਆਉਣੀ ਭਾਵ ਕੀ ਔਖੇ ਹੋਣਾ ਮਿਰਚਾਂ ਨੂੰ ਪੀਣ ਲੱਗਿਆ ਅੱਜ ਮੈਨੂੰ ਤਾਂ ਨਾਨੀ ਚੇਤੇ ਆ ਗਈ 9211 ਹੋਣਾ 9211 ਹੋਣਾ ਸੋ ਇਹ ਹੈ ਜੀ ਭੱਜ ਜਾਣਾ ਸੋ ਇੱਥੇ ਚੋਰ ਪੁਲਸ ਨੂੰ ਵੇਖ ਕੇ 9211 ਹੋ ਗਿਆ ਸੋ ਚੋਰ ਪੁਲਸ ਨੂੰ ਵੇਖ ਕੇ ਤੀਰ ਵੀ ਹੋ ਗਿਆ ਸੀ ਤੇ 9211 ਵੀ ਹੋ ਗਿਆ ਨੱਕ ਤੇ ਮੱਖੀ ਨਾ ਬਹਿਣ ਦੇਣੀ ਨੱਕ ਤੇ ਮੱਖੀ ਨਾ ਬਹਿਣ ਦੇਣੀ ਭਾਵ ਕਿ ਕਿਸੇ ਚੀਜ਼ ਦਾ ਕਮੰਡ ਹੋਣਾ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਚਾਰਕ ਕਲਾਸਾਂ ਕੀ ਪੜ ਲਈਆਂ ਉਹ ਤਾਂ ਹੁਣ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੀ ਪਾਣੀ ਪਾਣੀ ਹੋਣਾ ਪਾਣੀ ਪਾਣੀ ਹੋਣਾ ਭਾਵ ਕਿ ਸ਼ਰਮਿੰਦਾ ਹੋਣਾ ਸੋ ਰਿਸ਼ਤੇਦਾਰੀ ਵਿੱਚ ਹੀ ਚੋਰੀ ਫੜੀ ਜਾਣ ਤੇ ਉਹ ਪਾਣੀ ਪਾਣੀ ਹੋ ਗਿਆ ਬੁੱਲੇ ਲੁੱਟਣੇ ਬੁੱਲੇ ਲੁੱਟਣੇ ਮੋਝਾ ਕਰਨੀਆਂ ਅੱਜ ਕੱਲ ਇਹ ਬਹੁਤ ਹੀ ਆਮ ਮੁਹਾਵਰਾ ਹੈ ਜਿਹੜਾ ਵਰਤਿਆ ਜਾਂਦਾ ਹੈ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਮਾਂ ਪਿਓ ਦੇ ਸਿਰ ਤੇ ਨਿਆਣੇ ਬੁੱਲੇ ਲੁੱਟਦੇ ਹਨ ਢੂੰਡਾਂ ਦੀ ਖੱਖਰ ਨੂੰ ਛੇੜਨਾ ਢੂੰਡਾਂ ਦੀ ਖੱਖਰ ਨੂੰ ਛੇੜਨਾ ਸੋ ਪੂੰਡ ਜਿਨ੍ਹਾਂ ਨੂੰ ਕਿ ਪ੍ਰਿੰਡ ਵੀ ਕਈ ਲੋਕੀ ਆਖਦੇ ਹਨ ਉਹਨਾਂ ਦੀ ਖੱਖਰ ਨੂੰ ਜਿਹੜੀ ਹੈ ਤਾਂ ਕੀ ਹੁੰਦਾ ਕਿ ਪੂੰਡ ਸਾਡੇ ਮਗਰ ਪੈਂਦੇ ਹਨ ਤਾਂ ਕਿ ਜਦੋਂ ਅਸੀਂ ਜਾਣ ਬੁੱਝ ਕੇ ਕਿਸੇ ਭੈੜੇ ਆਦਮੀ ਨੂੰ ਛੇੜਦੇ ਹਾਂ ਜੋ ਉਹਨੂੰ ਆਪਣੇ ਗਲ ਪਾ ਲੈਂਦੇ ਆ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਕਿਸੇ ਵੀ ਇੱਕ ਇਨਸਾਨ ਦਾ ਆਪਾਂ ਨਾਮ ਲੈ ਲੈਂਦੇ ਹਾਂ ਕਿ ਡੈਸ਼ ਨੂੰ ਛੇੜਨਾ ਤਾਂ ਪੂੰਡਾਂ ਦੀ ਖੱਖਰ ਨੂੰ ਛੇੜਨ ਦੇ ਬਰਾਬਰ ਹੈ ਮੱਥੇ ਵੱਟ ਪਾਉਣਾ ਮੱਥੇ ਵੱਟ ਪਾਉਣਾ ਭਾਵ ਕੀ ਖਿਜਣਾ ਇਹਦੀ ਬੜੀ ਈਜ਼ੀ ਜੀ ਐਗਜ਼ਾਮਪਲ ਹੈ ਕੱਦੂ ਦੀ ਸਬਜ਼ੀ ਵੇਖ ਕੇ ਨਿਆਣੇ ਹਮੇਸ਼ਾ ਮੱਥੇ ਤੇ ਵੱਟ ਹੀ ਪਾ ਲੈਂਦੇ ਹਨ ਮੱਖੀਆਂ ਮਾਰਨੀਆਂ ਮੱਖੀਆਂ ਮਾਰਨੀਆਂ ਭਾਵ ਕੀ ਵੇਲੇ ਰਹਿਣਾ ਸੋ ਪੇਪਰਾਂ ਤੋਂ ਬਾਅਦ ਵਿੱਚ ਜ਼ਿਆਦਾਤਰ ਨਿਆਣੇ ਮੱਖੀਆਂ ਮਾਰਦੇ ਹਨ ਮਰਨ ਦੀ ਵੇਲ ਨਾ ਹੋਣੀ ਮਰਨ ਦੀ ਵੇਲ ਨਾ ਹੋਣੀ ਪਾਫ ਕੀ ਬਿਲਕੁਲ ਟਾਈਮ ਨਾ ਹੋਣਾ ਬਿਲਕੁਲ ਕਿਸੇ ਚੀਜ਼ ਨੂੰ ਕੰਮ ਨੂੰ ਕਰਨ ਦੀ ਵੇਲ ਨਾ ਹੋਣੀ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਕਿ 31 ਮਾਰਚ ਦੇ ਨੇੜੇ ਬੈਂਕ ਵਾਲਿਆਂ ਨੂੰ ਮਰਨ ਦੀ ਵੇਲ ਵੀ ਨਹੀਂ ਹੁੰਦੀ ਰੇਡ ਕਾ ਪਾਉਣਾ ਰੇਡ ਕਾ ਪਾਉਣਾ ਪਾਫ ਕੀ ਝਗੜਾ ਕਰਨਾ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਕਈ ਲੋਕਾਂ ਦੀ ਆਦਤ ਹੁੰਦੀ ਹੈ ਨਿੱਕੇ ਨਿੱਕੇ ਚੀਜ਼ਾਂ ਲਈ ਰੇਡ ਕਾ ਪਾਉਣ ਦੀ ਰੰਗ ਗੁੱਡਣਾ ਰੰਗ ਗੁੱਡਣਾ ਭਾਵ ਕੀ ਡਰ ਜਾਣਾ ਸੋ ਆਪਣੇ ਸਾਹਮਣੇ ਸ਼ੇਰ ਨੂੰ ਵੇਖ ਕੇ ਮੇਰਾ ਤਾਂ ਰੰਗ ਹੀ ਉੱਡ ਗਿਆ ਵਾਲ ਵਿੰਗਾ ਨਾ ਹੋਣਾ ਵਾਲ ਵਿੰਗਾ ਨਾ ਹੋਣਾ ਭਾਵ ਕੀ ਕੋਈ ਨੁਕਸਾਨ ਨਾ ਹੋਣਾ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਜੇ ਸਾਨੂੰ ਪਰਮਾਤਮਾ ਦੀ ਓਟ ਹੈ ਤਾਂ ਸਾਡਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਵਾਰੇ ਨਿਆਰੇ ਹੋਣਾ ਵਾਰੇ ਨਿਆਰੇ ਹੋਣਾ ਭਾਵ ਕੀ ਠੀਕ ਹੋ ਜਾਣਾ ਸਭ ਕੁਝ ਸਾਡੇ ਦਿਨ ਸਿੱਧੇ ਹੋ ਜਾਣਾ ਦਿਨ ਫਿਰ ਜਾਣਾ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਕੀ ਨੌਕਰੀ ਲੱਗਣ ਤੋਂ ਬਾਅਦ ਹਰਪਾਲ ਦੇ ਤਾਂ ਵਾਰੇ ਨਿਆਰੇ ਹੋ ਗਏ ਹਨ ਸੋ ਇੱਥੇ ਖਤਮ ਕਰਦੀ ਹਾਂ ਅੱਜ ਦੀ ਵੀਡੀਓ ਵੈਸੇ ਤਾਂ ਆਪਾਂ 50 ਮੁਹਾਵਰਿਆਂ ਦੀ ਗੱਲ ਕਰ ਲਈ ਹੈ ਪਰ ਹਜੇ ਪਤਾ ਨਹੀਂ ਕਿੰਨੇ ਮੁਹਾਵਰੇ ਹਨ ਜਿਹੜੀ ਕਿ ਸਾਡੀ ਆਮ ਬੋਲਚਾਲ ਦਾ ਹਿੱਸਾ ਹਨ ਜਿੰਨਾ ਬਾਰੇ ਗੱਲ ਆਪਾਂ ਆਉਣ ਵਾਲੀ ਕਿਸੇ ਵੀਡੀਓ ਵਿੱਚ ਜ਼ਰੂਰ ਕਰਾਂਗੇ ਸੋ ਚਲੋ ਫਿਰ ਅੱਜ ਦੀ ਵੀਡੀਓ ਵਿੱਚ ਬਸ ਇਨਾਖੀ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰਿਓ ਤੁਹਾਡਾ ਕੋਈ ਵਿਪ੍ਰਸ਼ਣ ਜਾਂ ਸੁਝਾਅ ਹੋਵੇ ਜਾਂ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਮੇਰੇ ਸੋਸ਼ਲ ਮੀਡੀਆ ਤੇ ਫੋਲੋ ਕਰ ਸਕਦੇ ਹੋ ਤੁਸੀਂ ਮੈਨੂੰ ਵੇਖ ਸਕਦੇ ਪੰਜਾਬੀ ਬਿਊਟੀ অন ਡਿਊਟੀ ਦੇ ਨਾਮ ਤੇ ਮੇਰਾ ਹੈਂਡਲ ਹੈ ਸੋ ਤੁਸੀਂ ਉੱਥੇ ਵੀ ਮੈਨੂੰ ਆਪਣਾ ਕੋਈ ਵੀ ਪ੍ਰਸ਼ਨ ਕੋਈ ਸੁਝਾਅ ਜਾਂ ਤੁਸੀਂ ਕੁਝ ਵੀ ਜੇ ਮੈਨੂੰ ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ ਉੱਥੇ ਵੀ ਪੁੱਛ ਸਕਦੇ ਹੋ ਸੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਉਮੀਦ ਕਰਦੀ ਹਾਂ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੈ ਤਾਂ ਲਾਈਕ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ